ਇਕ ਜੰਗਲਾਂ ਵਿੱਚ ਸ਼ੇਰਨੀ ਕੱਲੀ ਗਿਸ਼ਨੀ ਸੀ ਪੀ ਪਾਣੀ ਪੀਂ ਤੇ ਰਹਿ ਵਿੱਚ ਉਸਕੀ ਕੋਈ ਛੇੜੀ ਛੁੜਨਾ ਗੱਲ ਖੁੱਲੀ ਗਿਸ਼ਨੀ ਔਰ ਗੱਲ ਫੈਲਨੀ ਪੈਨੀ ਕੋਰੇ ਬਾਦਸ਼ਾਹ ਯਾਨੀ ਕਿ ਸ਼ੇਰਿਆ ਨੇ ਕੰਨਾਂ ਚ ਵੀ ਪਈ ਗਿਸ਼ਨੀ ਛੇ ਸ਼ੇਰਨੀ ਕੋਲ ਪੁੱਛਣਾ ਬੈਦਸਤੂ ਕਿ ਕਿਸ ਛੇੜਿਆ ਸ਼ੇਰਨੀ ਆਣੀ ਮੈਂ ਉਸਨੀਆਂ ਟੰਗਾਂ ਨਾਲ ਪੰਨੀ ਛੁੜਾ ਜਿਹੜਾ ਮੀ ਛੇੜਾ ਮੈਂ ਆਪਣੀ ਹਫਾਜ਼ਤ ਆਪੂ ਕਰਨਾ ਜਾਣੀ ਆ ਤੁਸੀਂ ਮਾਰੇ ਬਾਰੇ ਟੈਨਸ਼ਨ ਕਿੰਨੇ ਦੀ ਕੋਈ ਜ਼ਰੂਰਤ ਨਹੀਂ ਹੈ ਗੱਲ ਖਤਮ ਹੋਈ ਗਿਸ਼ਨੀ ਲੇਕਿਨ ਸ਼ੇਰ ਆਲੇ ਵੀ ਮਤਮੈਨ ਨਹੀਂ ਹੋਣਾ ਸ਼ੇਰ ਬਲੈਕ ਨਾਲ ਲੂੰਬੜੀ ਕੀ ਤੇ ਲੂੰਬੜੀ ਕੀ ਆਣਾ ਕਿ ਸ਼ੇਰ ਤਸ਼ੀਨੀ ਇਸ ਮਾਰੇ ਮੁਜਰਮ ਨਾਲ ਨਾ ਨਹੀਂ ਦਸਨੀ ਪਈ ਕਿ ਇਸਨੀ ਇੱਜ਼ਤ ਨਾਲ ਮਜ਼ੀਜ ਨਾ ਨਿਕਲਾ ਹੈ ਮਾਸੀ ਤੁਸੀਂ ਬਲ ਸਿਆਣੇ ਹੋ ਅਗਰ ਤੁਸੀਂ ਮੁਜਰਮ ਨਾਲ ਪਤਾ ਕਰਾਈ ਦਿਓ ਨਾ ਤਾਂ ਮੈਂ ਤੁਸਾਂ ਨੂੰ ਇਸ਼ਾਨਦੋਸਾਂ ਲੂੰਮੜੀ ਆਹਣੀ ਪੁੱਤਰਾ ਇਹ ਵੀ ਕੋਈ ਗੱਲ ਹੀ ਕਰਨੇ ਲਈ ਜੇ ਮੁਜਰਮ ਆਪੋ ਤਾਂ ਕੋਲ ਟੂਰੀ ਨਾ ਆਇਆ ਤੂੰ ਫਿਰ ਗੱਲ ਕਰਿਆ ਅਸਲ ਵਿੱਚ ਲੂੰਮੜੀ ਨਹੀਂ ਪੁਰਾਣੀ ਖਾਰ ਹੋਣੀ ਗਿਦੜਾ ਨਾਲ ਲੂੰਮੜੀ ਚਲੀ ਕਿਛ ਨਹੀਂ ਗਿਦੜਾ ਹੈ ਕਿ ਤੇ ਗਿਦੜਾ ਹੀ ਗੱਛੀ ਆਣੀ ਮੈਂ ਕਿ ਬੁਝਾ ਇਹ ਗਿਦੜਾ ਹਾਂ ਕਿਆ ਆ ਐ ਹੋਇਆ ਇਹ ਆ ਕਿ ਸ਼ੇਰਨੀ ਕੀ ਕਿਸੇ ਛੇੜ ਦਿੱਤਾ ਤੇ ਸਾਰੇ ਜੰਗਲਾਂ ਦੇ ਜਾਨਵਰ ਇਹ ਆਹਣੇ ਪਏ ਕਿ ਜਿਹੜਾ ਆਪਣੇ ਘਰ ਹੈ ਲਈ ਗਿਨੀ ਸੰਭਾਲੀ ਸਕਣਾ ਉਹ ਸਾਡੇ ਪਰ ਕਹਿ ਬਾਦਸ਼ਾਹ ਕਰਨੀ ਤੇ ਸ਼ੇਰ ਵੀ ਜਿਹੜਾ ਨਾ ਉਸਨਾਂ ਵੀ ਰੋਈ ਰੋਈ ਬੁਰੀ ਹਾਲਤ ਹੋਈਗੀ ਉਹ ਆਪਣੀ ਗੁਫਾ ਵਿੱਚ ਬੜਿਆ ਛਪੀਦਾ ਹੈ ਸ਼ੇਰ ਇਹ ਆਹਣਾ ਪਿਆ ਕਿ ਹੁਣ ਉਹ ਵਕਤ ਆ ਗਿਆ ਕਿ ਮੀਂਹ ਆਪਣੀ ਬਾਦਸ਼ਾਹ ਛੋੜਨੀ ਪੈਸੀ ਕਿਉਂਕਿ ਮਾੜੇ ਤੂੰ ਵੀ ਬਾਦਰ ਜਿਹੜੇ ਵੇ ਹੁਣ ਆ ਗਿਆ ਇਸ ਜੰਗਲਿਆਂ ਵਿੱਚ ਨਾਲ ਇਹ ਆਹਣਾ ਪਿਆ ਕਿ ਜਿਹੜਾ ਚੀਮਗੀ ਆਖਸੀ ਕਿ ਮੈਂ ਸ਼ੇਰਨੇ ਕੀ ਛੇੜਿਆ ਮੈਂ ਉਸकी ਸਾਰੀ ਸਲਤਨਤ ਚਾਹੀਦਾ ਸਾਂ ਗਿੱਦੜ ਹੋਣਾ ਲਾਲਚੀ ਤੇ ਗਿੱਦੜ ਚਲਾ ਗਿਆ ਸ਼ਨਾ ਸ਼ੇਰਾ ਕੋਲ ਸ਼ੇਰਾ ਨੇ ਕਰਿਆ ਨੇ ਬਾਹਰ ਗੱਚੀ ਆਵਾਜ਼ ਮਾਰਨਾ ਆਣਾ ਓਏ ਸ਼ੇਰਾ ਬਾਹਰ ਨਿਕਲ ਬੜਿਆ ਹੀ ਅੰਦਰ ਬੁਜ਼ਦਲਾਰ ਸ਼ੇਰ ਨਹੀਂ ਕਿ ਮੈਂ ਛੜਿਆ ਮੈਂ ਲਿਆ ਜਾ ਸ਼ਾਬਾ ਨਿਕਲ ਹੀ ਤੂੰ ਔਰ ਆਇ ਸੋਈ ਸਾਰੀ ਬਾਦਸ਼ਾਹਤ ਮੇਰੀ ਹੈ ਸ਼ੇਰ ਇਹ ਸੁਣਨਾ ਚਾਹਣਾ ਹੋਣਾ ਸ਼ੇਰ ਬੋੜੀ ਉਸकी ਜਿਟਾਈ ਕਿ ਨਾ ਚੰਗੀ ਸਨੀ ਲਾਮੜ ਲਾਣਾ ਨਾ ਤੇ ਪੋੜੀ ਨਾ ਕੀ ਕਰੈ ਨੇ ਬੂਟੇ ਨਾਲ ਬੰਨੀ ਛੋੜਨਾ ਔਰ ਇਬਰਤ ਦਾ ਨਿਸ਼ਾਨ ਬਣਾਣੇ ਇਸ ਤੈ ਸਾਰੇ ਜੰਗਲਾਂ ਨੇ ਜਾਨਵਰਾਂ ਕੋ ਇੱਕ ਪੇਗਾਮ ਪਹੁੰਚਾਣਾ ਕਿ ਸਾਰੇ ਛੋ ਇਸकी ਦੋ ਦੋ ਤਰਪੜ ਮਾਰੋ ਸਾਰੇ ਅਸ਼ਨੇ ਜੀ ਦੋ ਦੋ ਤਰਪੜ ਮਾਰਨੇ ਹੋਣੇ ਜਿਸ ਟਾਈਮ ਲੂਮੜੀ ਨਹੀਂ ਬਾਰਿਸ਼ਨੀ ਤੇ ਕਿਦਰ ਮੂੰਹ ਪਰਿਆ ਕਰੀ ਕਿੰਨਾ ਲੂਮੜੀ ਅੱਛੀ ਆਣੀ ਬਾਦਸ਼ਾਹ ਸਲਾਮਤ ਉੜ ਤੋ ਸਭੜੀ ਲੋਗ ਹੋਈ ਗਿਓ ਹੁਣ ਅਸਾਂ ਗਰੀਬਾਂ ਦਰ ਘੁਣ ਤਖਣਾ ਕੋਗੇ ਇੱਕ ਗੇ ਸਟੋਰੀ ਆ ਲੇਕਿਨ ਇਸ ਸਟੋਰੀ ਵਿੱਚ ਸਿੱਖਣੇ ਸਟੈਪ ਬੋ ਕਿ ਜਾ ਪਹਿਲਾ ਸਬਕ ਇਹ ਮਿਲਣਾ ਕਿ ਇਨਸਾਨ ਸ਼ਾਇਦ ਆਪਣੀਆਂ ਗਲਤੀਆਂ ਨਾਲ ਇਤਨਾ ਨੁਕਸਾਨ ਨਾ ਜਾਣਾ ਵੈ ਇਤਨਾ ਜਿਤਨਾ ਗੇ ਆੜੀ ਲੀ ਨਹੀਂ ਗੱਲਾਂ ਪਰ ਅੱਛੀ ਨੁਕਸਾਨ ਜਾਣਾ ਦੁਆ ਸਭ ਕੇ ਲਬਣਾ ਕਿ ਲਾਲਚੀ ਇਨਸਾਨ ਜਿਹੜਾ ਵੀ ਹੋਣਾ ਉਸकी ਜ਼ਿੰਦਗੀ ਨੇ ਕਿਸੇ ਨਾ ਕਿਸੇ ਮੋੜ ਉਪਰ ਤਰਪੜ ਜ਼ਰੂਰ ਪੈਣੀ ਤਰੀਆ ਸਭ ਕੇ ਲਬਣਾ ਜਿਹੜਾ ਮੈਂ ਅੱਜ ਕਰਨਾ ਚਾਹਣਾ ਸਾਂ ਓਏ ਕਿ ਇਥੇ ਮੈਂ ਤਖਣਾ ਪਿਆ ਜੀ ਕਿ ਅਗਰ ਕਿਸੇ ਬੰਦੇ ਦਾ ਕੋਈ ਤਖ ਹੈ ਉਹ ਇਧਰ ਉਧਰ ਤਖਣਾ ਵੈ ਉਸ ਦਾ ਤਖ ਹੈ ਨਾ ਜਾਂ ਉਸਨੇ ਇਸਲਾਮ ਨਾ ਜਵਾਬ ਨਾ ਦੇ ਤੇ ਇਥੇ ਲੋਕ ਨਰਾਜ਼ ਗਿਆ ਬਾਈ ਕਿੰਨੇ ਇਹ ਨਹੀਂ ਬਧਾਣਾ ਕਿ ਅਗਲਾ ਪਤਾ ਨਹੀਂ ਜ਼ਿੰਦਗੀ ਨਹੀਂ ਕਿਹੜੀ ਮੁਸ਼ਕਿਲਾਂ ਮੁਤਲਾਵ जिस तरह गिद्धड़ उसकी जानी पर बनती ए चीज़ा उसकी सलाम देनी पे तो जवाब नहीं देना पे तो आखर पर तुसे ही पता मैं एक गल जरूर करना खुश रहो आबाद रवो टेंशन तु कि चीज़ नहीं, नहीं, की नहीं कि अल्लाह वाला है असलकुम